ਹੈਲੋ एवरीवन ਦਿਸ ਮੈਂਟਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ 50 ਪਟਵਾਰੀ ਐਗਜ਼ਾਮੀਨੇਸ਼ਨ ਲਈ ਅਕਾਊਂਟਸ ਦੇ ਲੈਕਚਰ ਅੱਜ ਅਸੀਂ 18ਵਾਂ ਦੇਖਣ ਲੱਗੇ ਆਂ ਅੱਜ ਅਸੀਂ ਰੈਕਟੀਫਿਕੇਸ਼ਨ ਆਫ 에ਰਰ ਦੀ ਗੱਲ ਕਰਾਂਗੇ ਅੱਜ ਅਸੀਂ ਸਮਝਾਂਗੇ ਕਿ ਰੈਕਟੀਫਿਕੇਸ਼ਨ ਆਫ 에ਰਰ ਕਿਹਨੂੰ ਕਹਿੰਦੇ ਨੇ ਤੇ ਉਹਦੀ ਟਾਈਪਸ ਕਿੰਨੀਆਂ ਹੈ ਠੀਕ ਹੈ ਫਰੈਂਡਸ ਇਹ ਫਰਸਟ ਪਾਰਟ ਹੈ ਸੈਕੰਡ ਪਾਰਟ 'ਚ ਮੈਂ ਇਹਦਾ ਕੋਈ ਪ੍ਰੈਕਟੀਕਲ ਅਸਪੈਕਟ ਦੱਸਾਂਗਾ ਕਿ ਇਹ ਪ੍ਰੈਕਟੀਕਲ ਵਿੱਚ ਕਿਵੇਂ ਆਪਾਂ ਨੂੰ ਰੈਕਟੀਫਾਈ ਕਰਾਂਗੇ ਇਹ ਜਨਨ ਨਾਲ ਰਿਲੇਟਡ ਹੈ ਜਿਹੜੇ ਬੱਚਾ ਨੇ ਜਰਨਲ ਸਮਝਿਆ ਹੋਇਆ ਜਰਨਲ ਐਂਟਰੀ ਸਮਝੀਆਂ ਹੋਈਆਂ ਉਹਨਾਂ ਲਈ ਤਾਂ ਕੋਈ ਔਖਾ ਨਹੀਂ ਹੈ ਮ ਜਿਨ੍ਹਾਂ ਨੇ ਨਹੀਂ ਸਮਝੀਆਂ ਉਹ ਪਹਿਲੇ ਜਾ ਕੇ ਮੇਰਾ ਲੈਕਚਰ ਦੇਖਣ ਜਨਨ ਵਾਲਾ ਤੇ ਜਿਸ ਦੇ ਨਾਲ ਤੁਹਾਨੂੰ ਸਮਝ ਆ ਜਾਏਗਾ ਮਗਰ ਜੇ ਤੁਸੀਂ ਫਿਲਹਾਲ ਹਲੇ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਮੈਂ ਹਲੇ ਇੰਟਰੋਡਕਸ਼ਨ ਕਰਾ ਰਿਹਾ ਠੀਕ ਹੈ ਨੈਕਸਟ ਲੈਕਚਰ ਵਿੱਚ ਉਹ ਪ੍ਰੈਕਟੀਕਲ ਉੱਪਰ ਹੋ ਚਾਏਗੀ ਫਿਲਹਾਲ ਤੁਸੀਂ ਕਨਸੈਪਟ ਸਮਝ ਸਕਦੇ ਹੋ ਠੀਕ ਹੈ ਤੇ ਮੇਰੇ ਲੈਕਚਰ ਦੇਖਣ ਤੋਂ ਬਾਅਦ ਉਸ ਜਿਹੜੇ ਬੱਚਾ ਨੂੰ ਜਨਨ ਨਹੀਂ ਸਮਝ ਤੋ ਪਹਿਲੇ ਕੋਈ ਰਿਵੀਜ਼ਨ ਕਰ ਲੈਣਗੇ ਜਾਂ ਉਹ ਸਮਝ ਲੈਣਗੇ ਠੀਕ ਹੈ ਅਸੀਂ ਅਸੀਂ ਹੁਣ ਆਪਾਂ ਅੱ ਤਾਂ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ www.gesswantortest.com ਤੋਂ ਜਾ ਕੇ ਤੁਸੀਂ ਖਰੀਦ ਸਕਦੇ ਹੋ ਤੁਹਾਨੂੰ ਈ-ਬੁੱਕਸ ਵੀ ਪ੍ਰੋਵਾਈਡ ਕੀਤੇ ਜਾ ਰਹੇ ਨੇ ਸੈਕਸ਼ਨ ਟੈਸਿਸ ਵੀ ਪ੍ਰੋਵਾਈਡ ਕੀਤੇ ਜਾ ਰਹੇ ਨੇ ਠੀਕ ਹੈ ਫਰੈਂਡਸ ਤਾਂ ਅੱਗੇ ਆਪਾਂ ਰੈਕਟੀਫਿਕੇਸ਼ਨ ਆਫ 에ਰਰ ਦੇਖਾਂਗੇ ਅੱਜ ਟਾਈਪਸ ਆਫ 에ਰਰ ਦੇਖਾਂਗੇ ਠੀਕ ਹੈ ਆਪਾਂ ਰੈਕਟੀਫਿਕੇਸ਼ਨ 에ਰਰ ਬਾਰੇ ਸਮਝ ਲੈਣੇ ਆ ਯਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਅਕਾਊਂਟਸ ਐਂਟਰੀਆਂ ਪਾਉਣੇ ਆ ਆਪਾਂ ਲੈਜਰ ਕ੍ਰੀਏਟ ਕਰਦੇ ਆ ਠੀਕ ਹੈ ਆਪਾਂ ਸਬਸੀਡਰੀ ਬੁੱਕਸ ਬਣਾਉ ਇਹ ਇਹ ਕੰਮ ਕਰਦੇ ਹੋ ਇਹ ਗਲਤੀਆਂ ਤਾਂ ਹੋ ਸਕਦੀਆਂ ਨਾ ਇੱਕ ਅਕਾਊਂਟੈਂਟ ਤੋਂ ਕੋਈ ਵੀ ਗਲਤੀ ਹੋ ਸਕਦੀ ਹੈ ਉਹ ਗਲਤ ਅਮਾਉਂਟ ਪਾ ਦੇ ਜਾਂ ਕਿ ਜਿਸ ਨੂੰ ਡੈਬਿਟ ਕਰਨਾ ਸੀ ਉਹਨੂੰ ਕ੍ਰੈਡਿਟ ਕਰਤਾ ਉਹਨੇ ਜਾਂ ਕਿ ਜਿਸ ਪਾਰਟੀ ਨੂੰ ਡੈਬਿਟ ਕਰਨਾ ਸੀ ਉਸ ਦੀ ਜਗ੍ਹਾ ਨੂੰ ਗਲਤ ਪਾਰਟੀ ਨੂੰ ਉਹਨੇ ਡੈਬਿਟ ਕਰਤਾ ਠੀਕ ਹੈ ਨਾ ਇੱਕ ਪਾਟੀ ਇੱਕ ਪੈਸਾ ਪ੍ਰਪਲਸ ਕਰਨਾ ਸੀ ਆਪਾਂ ਨੇ ਆਪਾਂ ਨੇ ਮਾਈਨਸ ਕਰਤਾ ਮਤਲਬ ਕ੍ਰੈਡਿਟ ਕਰਤਾ ਡੈਬਿਟ ਕਰਨਾ ਸੀ ਮਤਲਬ ਪਲਸ ਕਰਨਾ ਸੀ ਮਤਲਬ ਕ੍ਰੈਡਿਟ ਕਰਤਾ ਮਾਈਨਸ ਕਰਤਾ ਕੁਝ ਵੀ ਹੋ ਸਕਦਾ ਹੈ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਠੀਕ ਹੈ ਨਾ ਇੱਕ ਅਕਾਊਂਟੈਂਟ ਤੋਂ ਮਤਲਬ ਜੇ ਜਿਆ ਲਾਰਜ ਬਿਜ਼ਨਸ ਹੈ ਉਸਨੇ ਇੱਕ ਕਾਊਂਟਰ ਰੱਖਿਆ ਹੋਇਆ ਉਸ ਤੋਂ ਕੋਈ ਵੀ ਗਲਤੀ ਹੋ ਸਕਦੀ ਹੈ ਠੀਕ ਹੈ ਮਗ ਉਸ ਨੂੰ ਰੈਕਟੀਫਾਈ ਕਰਨਾ ਜ਼ਰੂਰੀ ਹੈ ਗਲਤੀ ਹੋ ਜਾਣਾ ਕੋਈ ਚੱਕਰ ਨਹੀਂ ਮਗ ਉਸ ਨੂੰ ਰੈਕਟੀਫਾਈ ਕਰਨਾ ਜ਼ਰੂਰੀ ਹੈ ਠੀਕ ਹੈ ਨਾ ਜੇ ਆਪ ਰੈਕਟੀਫਾਈ ਨਹੀਂ ਕਰਾਂਗੇ ਸਾਡੇ ਬੁੱਕਸ ਨਹੀਂ ਅੱਛੇ ਮੇਨਟੇਨ ਹੋਣੀਆਂ ਸਾਨੂੰ ਨਹੀਂ ਪਤਾ ਲੱਗੇਗਾ ਸਾਡਾ ਪ੍ਰੋਫਿਟ ਐਕਚੁਅਲ ਚ ਕਿੰਨਾ ਹੈ ਸਾਡੇ ਐਕਚੁਅਲ ਐਸੈਟ ਕਿੰਨੇ ਆ ਸਾਡੇ ਕੋਲ ਸਾਡੇ ਕੋਲ ਐਕਚੁਅਲ ਕੈਸ਼ ਕਿੰਨਾ ਸਾਡਾ ਐਕਚੁਅਲ ਐਕਸਪੈਂਸਿਸ ਕਿੰਨੇ ਆ ਠੀਕ ਹੈ ਕਈ ਵਾਰੀ ਤੇ ਟ੍ਰਾਇਲ ਬੈਲੈਂਸ ਵੀ ਨਹੀਂ ਮਿਲਦਾ ਜੇ ਸਾਡੇ ਰੈਕਟੀਫਿਕੇਸ਼ਨ ਅਰਰ ਨਹੀਂ ਠੀਕ ਹੋਣਗੇ ਸਾਡਾ ਟ੍ਰਾਇਲ ਬੈਲੈਂਸ ਵੀ ਨਹੀਂ ਮਿਲੇਗਾ ਸਾਡਾ ਟ੍ਰਾਇਲ ਬੈਲੈਂਸ ਵੀ ਨਹੀਂ ਮਿਲਦਾ ਠੀਕ ਹੈ ਉਸ ਨੂੰ ਦੇਖਣ ਲਈ ਵੀ ਠੀਕ ਹੈ ਸੋ ਆਪਾਂ ਇੱਕ ਵਾਰੀ ਪੜ੍ਹ ਲੈਨੇ ਆ ਕਮਿਟਿੰਗ ਅਰਰਸ ਇਨ ਹਿਊਮਨ ਨੇਚਰ ਐਵਰੀ However even after applying the various procedures and checks there are certain errors committed to recording transactions theek hai jinna bar main gall kar reha ha such errors may err err errtizely affect the final accounts eh errors affect karde ne accounts nu it is a very important to a accountant to locate such errors oh error nu labbe accountant li zaruri hai ki oh galtiyan nu labbe theek hai oh rectify kare oh nu sahi kare theek hai friends te taaki oh di true financial position pata lag sake be nazirin theek hai ਤਾਂ ਐਟ ਦ ਐਂਡ ਆਫ ਦੀ ਰਿਸਪੈਕਟਿਵ ਫਾਈਨੈਂਸ਼ੀਅਲ ਇਅਰ ਥੀਸ ਆਰ ਕਿ ਕਿੰਨਾ ਤਰ੍ਹਾਂ ਦੇ ਹੋ ਸਕਦੇ ਨੇ 에ਰਰ ਆਫ ਪ੍ਰਿੰਸੀਪਲ ਹੋ ਸਕਦਾ ਹੈ ਕਮਿਸ਼ਨ ਹੋ ਸਕਦਾ ਹੈ ਤੇ ਉਹ omissions ਹੋ ਸਕਦਾ ਹੈ ਇਹ ਤੁਹਾਨੂੰ ਮੈਂ ਅੱਗੇ ਸਮਝਾਵਾਂਗਾ ਇਹ ਟਾਈਪਸ ਨੇ ਇੱਕ ਤਰ੍ਹਾਂ ਦੀਆਂ ਉਹ ਤੁਹਾਨੂੰ ਮੈਂ ਅੱਗੇ ਸਮਝਾਵਾਂਗਾ ਠੀਕ ਹੈ ਫਰੈਂਡਸ ਹੁਣ 에ਰਰਸ ਦੇ ਟਾਈਪਸ ਨੂੰ ਸਮਝਣ ਤੋਂ ਪਹਿਲਾਂ ਪਹਿਲੇ ਦੇਖੀਏ ਕਿ ਬੁੱਕ ਕੀਪਰਸ ਐਕਾਊਂਟੈਂਟ ਕਮਿਟਿਡ ਮਿਸਟੇਕਸ ਲਾਈਕ ਹਨ ਅਮਿਸ਼ਨ ਕਮਿਸ਼ਨ ਐਂਡ ਮੇਨਟੇਨਿੰਗ ਦੀ ਬੁਕਸ ਆਫ ਅਕਾਊਂਟਸ ਆਫ ਐਨ ਐਂਟਰਟੀ ਠੀਕ ਹੈ ਕੁਝ 에ਰਰ ਹੋ ਸਕਦੀਆਂ ਨੇ ਜਿਹੜਾ ਬੁੱਕ ਕੀਪਰ ਦਾ ਅਕਾ ਜਿਹੜਾ ਪਰ ਮੇਨਟੇਨ ਕਰ ਰਹੇ ਉਹਨਾਂ ਬੁਕਸ ਨੂੰ देयर आर दी ਵੈਰੀ ਸਟੇजेस ਵਿੱਚ 에ਰਰ ਮੇ ਅਕਰ ਦੇਰਫੋਰ ਇਟ ਇਜ਼ ਅ ਵੈਰੀ ਇੰਪੋਰਟੈਂਟ ਟੂ ਅਕਾਊਂਟੈਂਟ ਐਂਡ ਬੁੱਕ ਕੀਪਰ ਟੂ 25 ਸੱਚ ਐਰਰ ਐਂਡ ਰੈਡੈਕਟਿਫਾਈ ਦਮ ਜੋ ਬਾਰੇ ਸੇ ਪਿੱਛੇ ਗੱਲ ਕੀਤੀ ਸੀ ਕੁਝ ਸਟੇजेस ਹੁੰਦੇ ਨੇ ਜਿੱਥੇ ਸਾਨੂੰ 에ਰਰਸ ਦਾ ਪਤਾ ਲੱਗਦਾ ਤੇ ਕੁਝ ਸਟੇजेस ਮਤਲਬ ਜੇ ਜਨਰਲ ਵਿੱਚ ਪਤਾ ਲੱਗ ਸਕਦਾ ਲੇਜਰ ਵਿੱਚ ਪਤਾ ਲੱਗ ਸਕਦਾ ਸਬਸੀਡਰੀ ਬੁੱਕ ਵਿੱਚ ਪਤਾ ਲੱਗ ਸਕਦਾ ਉਹ ਇਸ ਸਟੇਜ ਦੀ ਗੱਲ ਕਰ ਰਿਹਾ ਠੀਕ ਹੈ ਅਕਾਊਂਟੈਂਟ ਦੀ ਡਿਊਟੀ ਹੈ ਕਿ ਉਸ ਨੂੰ ਰੈਡੈਕਟਿਫਾਈ ਕਰੇ ਪਹਿਲੇ ਲੱਭੇ ਫਿਰ ਉਹਨੂੰ ਰ ਉਸ ਤੋਂ ਬਾਅਦ ਆਪਾਂ ਸਿੱਧੇ ਸਿੱਖਦੇ ਹਾਂ ਐਟ ਦਾ ਸੇਜ ਆਫ ਰਿਕਾਰਡਿੰਗ ट्रांजैक्शन ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਜਰਨਲ ਵਕਤ ਜਦੋਂ ਮੈਂ ਜਰਨਲ ਦੀ ਐਂਟਰੀ ਰਿਕਾਰਡ ਕਰਾਂ ਉਹ ਤਾਂ ਮੇਰੀ ਗਲਤ ਐਂਟਰੀ ਰਿਕਾਰਡ ਹੋ ਗਈ ਸਬਸੀਡਰੀ ਬੁੱਕ ਮਤਲਬ ਜਾਂ ਤਾਂ ਕੈਸ਼ ਬੁੱਕ ਜਾਂ ਤਾਂ ਸੇਲ ਬੁੱਕ ਜਾਂ ਤਾਂ ਪਰਚੇਸ ਬੁੱਕ ਸੇਲ ਰਿਟਰਨ ਪਰਚੇਸ ਰਿਟਰਨ ਡਬਲ ਕਾਲਮ ਕੈਸ਼ ਬੁੱਕ ਟ੍ਰਿਪਲ ਕਾਲਮ ਕੈਸ਼ ਬੁੱਕ ਠੀਕ ਹੈ ਨਾ ਫਰੈਂਡਸ ਐਟ ਦਾ ਸੇਜ ਆਫ ਪੋਸਟਿੰਗ ਦੀ ਐਂਟਰੀ ਇਨ ਲੈਜਰ ਅਕਾਊਂਟ ਲੈਜਰ ਵਿੱਚ ਮੈਂ ਪਾਰਸ਼ੀਅਲ ਪਾਤੀ ਮੈਂ ਇੱਕ ਪਾਸੇ ਮੈਂ ਐਂਟਰੀ ਪਾਦੀ ਡੈਬਿਟ ਸਾਈਡ ਤੇ ਕਰਦੀ ਮ ਠੀਕ ਹੈ ਲੈਜਰ ਪੋਸਟ ਹੀ ਨਹੀਂ ਕੀਤੀ ਜਾਂ ਰੋਂਗ ਟੋਟਲਿੰਗ ਕਰਤੀ ਮੈਨੇ ਠੀਕ ਹੈ ਲੈਜਰ ਦੇ ਅਕਾਊਂਟਸ ਨੂੰ ਲੈ ਰੋਂਗ ਟੋਟਲ ਹੀ ਕਰਤੇ ਠੀਕ ਹੈ ਇਹ ਕੇਸ ਤੇ ਜੋ ਹੋ ਸਕਦੀ ਹੈ ਜਿੱਥੇ ਮੈਂ 에ਰਰ ਨੂੰ ਰੈਕਟੀਫਾਈ ਕਰ ਸਕਦਾ ਫਸਟ 에ਰਰ ਜਦੋਂ ਮੈਂ ਰਿਕਾਰਡ ਕਰ ਰਿਹਾ ਹਾਂ ट्रांजैक्शन ਨੂੰ ਸੈਕੰਡ ਸਟੇਜ ਜਿਹੜੀ ਕਿਹੜੀ ਹੋਏਗੀ ਜਾਂ ਤਾਂ ਮੈਂ ਲੈਜਰ ਵਿੱਚ ਇਹ ਗਲਤੀਆਂ ਨੂੰ ਮੈਂ ਰੈਕਟੀਫਾਈ ਕਰ ਸਕਦਾ ਜਾਂ ਮੈਂ ਥਰਡ ਸਟੇਜ ਹੋਏਗੀ ਜਦ ਮੈਂ ਬੈਲੈਂਸ ਕਰ ਰਿਹਾ ਹੋਵਾਂਗਾ ਦਸ ਸਟੇਜ ਆ ਬੈਲੈਂਸਿੰਗ ਦੀ ਲੈਜਰ ਅਕਾਊਂਟਸ ਲੈ ਕੇ ਰੋਂਗ ਟੋਟਲਿੰਗ ਆਫ ਦੀ ਅਕਾਊਂਟਸ ਰੋਂਗ ਬੈਲੈਂਸ ਆਫ ਅਕਾਊਂਟਸ ਇਹ ਟ੍ਰਾਇ ਬੈਲੈਂਸ ਬਣਾ ਰਹੇ ਜਦੋਂ ਮੈਂ ਪ੍ਰਿਪੇਅਰਿੰਗ ਦੀ ਟ੍ਰਾਇ ਬੈਲੈਂਸ ਲਾਈਕ ਟੇਕਿੰਗ ਦੀ ਰੋਂਗ ਅਕਾਊਂਟ ਮੈਂ ਗਲਤ ਰੋਂਗ ਅਕਾਊਂਟ ਚੱਕ ਲਿਆ ਮਨੇ ਜਾਂ ਟੇਕਿੰਗ ਦੀ ਰੋਂਗ ਅਮਾਉਂਟ ਮੇਰੇ ਰੋਂਗ ਅਮਾਉਂਟ ਚੱਕ ਲਿਆ ਟ੍ਰਾਇ ਬੈਲੈਂਸ ਵਿੱਚ ਜਿਹੜਾ ਮੈਂ ਬੈਲੈਂਸ ਜਿਹੜਾ ਮੇਰਾ ਬੈਲੈਂਸ ਜਿੰਨਾ ਬਚਿਆ ਰੇ ਕਾਉਂਟ ਦਾ ਮੈਂ ਗਲਤ ਅਮਾਉਂਟ ਚੱਕ ਲਈ ਉਦੋਂ ਰੈਕਟੀਫਾਈ ਕਰਾਂਗਾ ਠੀਕ ਹੈ ਚਾਰ ਸਿਟਿਜ਼ ਹੋ ਗਈਆਂ ਜਦ ਮੈਂ ਰਿਕਾਰਡ ਕਰ ਰਿਹਾ ਹਾਂ ट्राਨੈਕਸ਼ਨ ਜਦ ਮੈਂ ਲੈਜਰਸ ਬਣਾ ਰਿਹਾ ਹਾਂ ਜਦ ਮੈਂ ਬੈਲੈਂਸਿੰਗ ਕਰ ਰਿਹਾ ਹਾਂ ਠੀਕ ਹੈ ਰੋਂਗ ਜਾਂ ਮੈਂ ਟ੍ਰਾਇ ਬੈਲੈਂਸ ਵਕਤ ਕਰ ਰਿਹਾ ਹਾਂ ਤਾਂ 4% ਵਕਤ ਮੈਂ ਗਲਤੀਆਂ ਨੂੰ ਰੈਕਟੀਫਾਈ ਕਰ ਸਕਦਾ ਰੈਕਟੀਫਾਈ ਮਤਲਬ ਮੈਂ ਉਹਨੂੰ ਸਹੀ ਕਰ ਸਕਦਾ ਗਲਤੀਆਂ 에ਰਰਸ ਮਤਲਬ ਗਲਤੀਆਂ ਉਹਨਾਂ ਨੂੰ ਸਹੀ ਕਰਨਾ ਮੇਰੀ ਮਤਲਬ ਕਿ ਅਕਾਊਂਟੈਂਟ ਦੀ ਡਿਊਟੀ ਹੁੰਦੀ ਹੈ ਠੀਕ ਹੈ ਜਿੰਨਾ ਹੋ ਸਕੇ ਉਹਨੂੰ ਸਹੀ ਕਰਨਾ ਪਏਗਾ ਕਈ ਐਂਟਰੀਆਂ ਐਸੀ ਹੁੰਦੀਆਂ ਜੋ ਨਹੀਂ ਸਾਨੂੰ ਡਿਫਿਕਲਟ ਹੁੰਦਾ ਹੈ ਉਸ ਸੀ ਆਪਾਂ ਅੱਗੇ ਦੇਖਾਂਗੇ ਠੀਕ ਹੈ ਮੈਂ ਜਿਆਦਾਤਰ ਉਸ ਨੂੰ ਆਪਣੇ ਅਕਾਊਂਟਸ ਨੂੰ ਅੱਛਾ ਮੇਨਟੇਨ ਕਰਨ ਲਈ ਉਸ ਨੂੰ ਕਰਨਾ ਹੀ ਪਏਗਾ ਠੀਕ ਹੈ ਫਰੈਂਡਸ ਆਪਾਂ ਉਹਨਾਂ ਟਾਈਪਸ ਦੇਖਾਂਗੇ ਆਪਾਂ ਦੀ ਕਿਹੜੀ ਕਿਹੜੀ ਟਾਈਪਸ ਹੋ ਸਕਦੀਆਂ 에ਰਰ ਉਹ ਪ੍ਰਿੰਸੀਪਲ ਹੋ ਸਕਦੇ ਜਾਂ ਜਿਹਦੇ ਵਿੱਚ ਕਿਹੜੀ ਕਿਹੜੀ ਹੋ ਸਕਦੀ ਹੈ ਇਹ ਕੈਲਰਰ ਪ੍ਰਿੰਸੀਪਲ ਹੋਏਗਾ ਤੇ ਕਲੈਰਕਲ 에ਰਰਸ ਹੋਣਗੇ 에ਰਰ ਉਹ ਮਿਸ਼ਨ ਹੋਏਗਾ 에ਰਰ ਉਹ ਕਮਿਸ਼ਨ ਹੋਏਗਾ ਕੰਪਸੇਟਿੰਗ 에ਰਰ ਹੋਣਗੇ ਠੀਕ ਹੈ ਇਹ ਇਸ ਤਰ੍ਹਾਂ ਦੀਆਂ ਸਾਰੇ ਇਹ ਗਲਤੀਆਂ ਹੋ ਸਕਦੀਆਂ ਆਪਾਂ ਇੱਕ ਇੱਕ ਕਰਕੇ ਪੜ੍ਹਾਂਗੇ ਕਿ 에ਰਰ ਉਹ ਪ੍ਰਿੰਸੀਪਲ ਕਿਹਨੂੰ ਕਹਿੰਦੇ ਆ ਕਲੈਰਕਲ 에ਰਰ ਕਿਹਨੂੰ ਕਹਿੰਦੇ ਆ 에ਰਰ ਉਹ ਮਿਸ਼ਨ ਕਿਹਨੂੰ ਕਹਿੰਦੇ ਆ 에ਰਰ ਉਹ ਕਮਿਸ਼ਨ ਕਿਹਨੂੰ ਕਹਿੰਦੇ ਆ ਤੇ ਕੰਪਸੇਟਿੰਗ 에ਰਰ ਕਿਹਨੂੰ ਕਹਿੰਦੇ ਨੇ ਠੀਕ ਹੈ 에ਰਰ ਉਹ ਪ੍ਰਿੰਸੀਪਲ ਦੇਖਦੇ ਆ ਹ ਐਵਰੀ ਡੈਬਿਟ ਹੈਜ਼ ਦਾ ਕੋਰਸਪੋਂਡਿੰਗ ਕ੍ਰੈਡਿਟ ਠੀਕ ਹੈ ਜੇ ਤੁਹਾਨੂੰ ਮੈਂ ਦੱਸਿਆ ਸੀ ਡਿਊਲ ਐਸਪੈਕਟ ਹੁੰਦਾ ਆਪਾਂ ਨੇ ਡਿਊਲ ਐਸਪੈਕਟ ਫੋਲੋ ਕਰਨਾ ਜ਼ਰੂਰੀ ਹੈ ਜੇ ਕੋਈ ਚੀਜ਼ ਪਲੱਸ ਹੋ ਰਹੀ ਹੈ ਤਾਂ ਕੁਝ ਸਾਡੇ ਕੋਲ ਗਿਆ ਹੋਏਗਾ ਤਾਂ ਹੀ ਕੁਝ ਪਲੱਸ ਆਇਆ ਜੇ ਸਾਡੇ ਕੋਲ ਕੈਸ਼ ਆਇਆ ਤਾਂ ਸਾਡੇ ਹੱਥੋਂ ਮਾਲ ਗਿਆ ਵੀ ਤਾਂ ਹੋਏਗਾ ਸੇਲ ਹੋਈ ਹੋਏਗੀ ਤਾਂ ਉਸ ਬਾਰੇ ਗੱਲ ਕਰ ਰਿਹਾ ਕਿ ਐਜ਼ ਪਰ ਡਬਲ ਐਂਟਰ ਸਿਸਟਮ ਐਵਰੀ ਡੈਬਿਟ ਹੈਜ਼ ਦਾ ਕੋਰਸਪੋਂਡਿੰਗ ਕ੍ਰੈਡਿਟ ਠੀਕ ਹੈ ਤੇ ਦਾ ਕਾਊਂਟਸ will be arithmetically correct if there are same amount at the, at the both debit and credit side the error of principal means recording the transactions violating the accounting policies aise ya transaction nu record matlab error labne matlab ki jo saadi accounting policies te sade procedures nu no violate karna break karna aise jehde apane accounting standards jo ana kuch accounting policies banaiya honi ho aa us to khilaf jaake apane kujh galti kar ditti hove theek hai जिमें फॉर एग्जाम्पल जो तुम एग्जाम्पल समझ आएगा कि ट्रेटिंग ए, ट्रेटिंग दचेस ऑफ एस एसड एंड एक्सपेंस अपना खर्चा थोड़ा अपना अपा ने जो प्लान है मशीनरी देती है एक्सपेंस नहीं है जो तुम तो मैं अकाउंटिंग टर्म्स करवाइया से तो दस्यापेंस एक्सपेंडिचर बहुत फर्क है एक्सपेंडिचर हो गया कैपीटल एक्सपेंडिचर जो मेरे बिजनेसली गेनिंग होएगा उ मैं बिल्कुल जो मैं एंट्री पाऊन परचेज की एसड एसडी एंट्री पाओ एसड अकाउंट डैबिट एसड अकाउंट डैबिट टू कैश ਇਥੇ ਕੋਈ ਐਕਸਪੈਂਸ ਦੀ ਗੱਲ ਆਈ ਇਹ ਮੈਂ ਜਾ ਕੇ ਬੈਲੈਂਸ ਸ਼ੀਟ 'ਚ ਐਸੈਟ ਵਾਲੀ ਸਾਈਡ ਦਿਖਾਦਾ ਹਾਂ ਇਹ ਕੈਸ਼ ਦੀ ਮਾਊਂਟ ਚਲੀ ਜਾਏਗੀ ਉਹਦੇ ਮੈਂ ਕੈਸ਼ ਤਾਂ ਕੀ ਕਵਾਂਗਾ ਬਾਇ ਪਰਚੇਸਿਸ ਬਾਇ ਐਸੈਟ ਠੀਕ ਹੈ ਐਸੈਟ 'ਚ ਕੀ ਕਵਾਂਗਾ ਟੂ ਕੈਸ਼ ਠੀਕ ਹੈ ਕੋਈ ਐਕਸਪੈਂਸ ਦੀ ਗੱਲ ਹੋਈ ਇਹ ਕੋਈ ਐਕਸਪੈਂਸ ਥੋੜਾ ਕੋਈ ਮੈਂ ਵੇਜੀ ਥੋੜਾ ਪੇ ਕਰ ਰਿਹਾ ਮੈਂ ਠੀਕ ਹੈ ਕੋਈ ਮੈਂ ਰੈਂਟ ਥੋੜਾ ਪੇ ਕਰ ਰਿਹਾ ਮੈਂ ਇਹ ਮੇਰਾ ਐਕਸਪੈਂਡੀਚਰ ਹੈ ਜੋ ਮੈਂ ਐਸੈਟ ਅਕਵਾਇਰ ਕਰਨ ਲਈ ਕਰਦਾ ਹੁੰਨਾ ਠੀਕ ਹੈ ਫਰਕ ਹੈ ਦੋਨਾਂ ਵਿੱਚੋਂ ਤੁਰੇ ਕਿਉਂ ਫਰਕ ਹੈ ਇਹ ਸਾਨੂੰ ਕਿਵੇਂ ਪਤਾ ਲੱਗਿਆ ਕੁਝ ਪਾਲਿਸੀਸ ਤੋਂ ਪਤਾ ਲੱਗਿਆ ਮਤਲਬ ਕਿ ਕਨਸੈਪਟਸ ਤੋਂ ਪਤਾ ਲੱਗਿਆ ਤੁਹਾਨੂੰ ਸਮਝ ਪਈ ਕਿ ਐਕਸਪੈਂਸ ਕਿਹਨੂੰ ਕਹਿੰਦੇ ਸੀ ਐਕਸਪੈਂਡੀਚਰ ਕਿਹਨੂੰ ਕਹਿੰਦੇ ਸੀ ਠੀਕ ਹੈ ਐਨ 에ਰਰ ਆਫ ਪ੍ਰਿੰਸੀਪਲ ਇਟਸ ਮੋਰ ਲਾਈਕਲੀ ਟੂ ਬੀ ਕਮਿਟਿਡ ਵੈਨ ਦਾ ਕਾਊਂਟਰ ਡਸਨਟ ਹੈਵ ਅ ਗੁੱਡ ਅੰਡਰਸਟੈਂਡਿੰਗ ਆਫ ਅਕਾਊਂਟਿੰਗ ਕਨਸੈਪਟਸ ਐਂਡ ਦਾ ਟਰਮ ਯੂਜ਼ਡ ਇਨ ਦਾ ਅਕਾਊਂਟਿੰਗ ਕਹਿੰਦੇ ਇਹ ਤਾਦੀ ਹੋ ਸਕਦਾ ਪ੍ਰਿੰਸੀਪਲ ਜਦ ਜਦੋਂ ਕਾਊਂਟਰ ਨੂੰ ਅੱਛੀ ਅੰਡਰਸਟੈਂਡਿੰਗ ਨਹੀਂ ਹੈ ਅਕਾਊਂਟਿੰਗ ਕਨਸੈਪਟਸ ਸਮਝ ਸਮਝਦਾਰੀ ਨਹੀਂ ਹੈ ਨਹੀਂ ਸਹੀ ਮਤਲਬ ਕਿ ਉਸ ਨੂੰ ਇੰਨੀ ਨੌਲੇਜ ਨਹੀਂ ਹੈ ਕਿ ਮੈਂ ਕਿਹੜੀਆਂ ਕਿਹੜੇ ਕਿਹੜੇ ਪ੍ਰਿੰਸੀਪਲ ਮੈਨੂੰ ਫੋਲੋ ਕਰਕੇ ਚੱਲਣਾ ਪਏਗਾ ਤਾਂ ਕਿ ਮੈਂ ਇਹ ਗਲਤੀ ਨਾ ਕਰਾਂ ਕਿ ਮੈਨੂੰ ਐਕਸਪੈਂਸ ਦਿਖਾ ਦਵਾਂ ਇੱਕ ਤਰ੍ਹਾਂ ਨਾਲ ਐਕਸਪੈਂਸ ਥੋੜਾ ਹੈ ਤੁਸੀਂ ਕਿੱਥੇ ਵੀ ਦੇਖਣਾ ਕਿ ਜਦੋਂ ਆਪਾਂ ਪਰਚੇਸ ਕਰ ਰਹੇ ਹਾਂ ਸੋ ਐਕਸਪੈਂਸ ਥੋੜਾ ਹੋਏਗਾ ਉਹ ਐਕਸਪੈਂਡੀਚਰ ਹੋਏਗਾ ਉਹ ਕੈਪੀਟਲ ਐਕਸਪੈਂਡੀਚਰ ਹੋਏਗਾ ਜੇ ਮੈਂ ਫਿਕਸ ਐਸਟ ਖਰੀਦੇ ਉਹ ਕੈਪੀਟਲ ਐਕਸਪੈਂਡੀਚਰ ਹੋਏਗਾ ਠੀਕ ਹੈ ਨਾ ਫਰੈਂਡਸ ਕਲੈਰੀਕਲ ਐਰਰ ਕੀ ਹੋਏਗਾ ਕਲੈਰੀਕਲ ਐਰਰ ਮਤਲਬ ਕਿ ਦਿਸ ਟਾਈਪਸ ਆਫ ਐਰਰ ਆਰ ਡੂ ਟੂ ਦਾ ਮਿਸਟੇਕਸ ਕਮਿਟਿਡ ਵਾਈਲ ਪਰਫਾਰਮਿੰਗ ਦਾ ਕਾਊਂਟਿੰਗ ਵਰਕ ਠੀਕ ਹੈ ਕਲੈਰिकल एरर ਕਿਹੜੇ-ਕਿਹੜੇ ਤਰ੍ਹਾਂ ਦੀ ਹੋ ਸਕਦੇ ਆ 3 ਟਾਈਪਸ ਦੀ ਹੋ ਸਕਦੀਆਂ ਠੀਕ ਹੈ ਪਹਿਲਾ ਹੈਗਾ 에ਰਰ ਆਫ ਓਮਿਸ਼ਨ 에ਰਰ ਆਫ ਓਮਿਸ਼ਨ ਮਤਲਬ ਇਟ ਡਿਵਾਈਡਡ ਇਨਟੂ 2 ਪਾਰਟਸ ਜਾਂ ਤਾਂ ਕੰਪਲੀਟ ਮਤਲਬ ਕਿ ਮੈਂ ਓਮਿਸ਼ਨ ਮਤਲਬ ਮੈਂ ਭੁੱਲ ਗਿਆ ਚੁੱਕ ਕਰ ਗਿਆ ਮਤਲਬ ਮੈਂ ਪਾਈ ਹੀ ਨਹੀਂ ਐਂਟਰੀ ਠੀਕ ਹੈ ਮੈਂ ਪਾਈ ਹੀ ਨਹੀਂ ਐਂਟਰੀ ਪਾਰਸ਼ੀਅਲ ਹੋ ਗਿਆ ਕਿ ਮੈਂਨੇ ਜਿਹੜਾ ਰੀਡੂਅਲ ਰਿਸਪੈਕਟ ਦੀ ਗੱਲ ਕੀਤੀ ਸੀ ਮੈਂ ਡੈਬਿਟ ਤੇ ਜਾ ਕੇ ਉਸ ਅਕਾਊਂਟ ਵਿੱਚ ਡੈਬਿਟ ਤਾਂ ਕਰਤਾ ਮੈਂਨੇ ਮਗਰ ਮੈਂਨੇ ਕ੍ਰੈਡਿਟ ਨਹੀਂ ਕੀਤਾ ਮੈਂਨੇ ਕ੍ਰੈਡਿਟ ਨਹੀਂ ਕੀਤਾ ਮੈਂਨੇ ਉਸ ਅਕਾਊਂਟ ਨੂੰ ਜਾ ਕੇ ਉਹ ਐ एक पास मैं ज़्यादा अमाउंट शो करेगा दूजे पास बैलेंस नहीं मतलब बैलेंस नहीं की मैंने एंट्री डेबिट क्रेडिट रो अस्पैक्ट नहीं दिखाए कैबिट दिखाता क्रेडिट नहीं दिखाया डेबिट दिखाता या दिखा क्रेडिट दिखाता या डे, क्रे, डेबिट नहीं दिखाया कोई ये मतलब की हो सकता है ये कोई गलती हो सकती है नहीं तो कोई गलती क्यों करेगा जब जेड़ा अकाउंट विच सपोज करो मैं रेंट अकाउंट डेबिट टू कैश करांगा ठीक है रेंट अकाउंट खोलाँगा ਠੀਕ ਹੈ ਰੈਂਟ ਅਕਾਊਂਟ ਵਿੱਚ ਮੈਂ ਰੈਂਟ ਡੈਬਿਟ ਹੋ ਰਿਹਾ ਸੀ ਉਹ ਰੈਮਾਉਂਟ ਪਾ ਕੇ ਜਿਤਨਾ ਉਹ ਰਿਲੇਸ਼ਨ ਆ ਪਾਦਾਗਾ ਕੈਸ਼ ਅਕਾਊਂਟ ਠੀਕ ਹੈ ਠੀਕ ਹੈ ਮਗਰ ਮੈਂ ਕੈਸ਼ ਅਕਾਊਂਟ ਵਿੱਚ ਜਾ ਕੇ ਕੈਸ਼ ਕਾਊਂਟ ਖੋਲਿਆ ਤਾਂ ਰੈਂਟ ਦੀ ਐਂਟਰੀ ਨਹੀਂ ਮਿਲ ਰਹੀ ਮੈਨੂੰ ਠੀਕ ਹੈ ਬਾਏ ਰੈਂਟ ਮਿਲ ਹੀ ਨਹੀਂ ਰਿਹਾ ਕਿਉਂਕਿ ਰੈਂਟ ਕ੍ਰੈਡਿਟ ਹੋਇਆ ਬਾਏ ਰੈਂਟ ਅਮਾਉਂਟ ਮਿਲ ਹੀ ਨਹੀਂ ਰਹੀ ਮੈਨੂੰ ਨਹੀਂ ਮਿਲ ਰਹੀ ਮੈਨੂੰ ਅਮਾਉਂਟ ਠੀਕ ਹੈ ਤਾਂ ਇਸ ਤਰ੍ਹਾਂ ਦਾ 에ਰਰ ਕੀ ਕਵਾਂਗੇ ਪਾਰਸ਼ੀਅਲ ਅਮਿਸ਼ਨ ਮਤਲਬ ਕਿ ਐਂਟਰੀ ਪਾਈ ਮਤਲਬ ਇੱਕ ਅਸਪੈਕਟ ਦੀ ਐਂਟਰੀ ਪਾਈ ਦੂਜੇ ਅਸਪੈਕ ਇਦਾਂ ਕਈ ਵਾਰੀ ਕੀ ਹੁੰਦਾ ਕਿ ਟ੍ਰਾਇਲ ਬੈਲੈਂਸ ਮਤਲਬ ਟੈਲੀ ਤੱਕ ਆ ਜਾਈਗਾ ਕਿਉਂਕਿ ਆਪਾਂ ਜੇ ਐਂਟਰੀ ਨਹੀਂ ਪਾਈ ਤਾਂ ਉਹਨੂੰ ਪਤਾ ਹੀ ਨਹੀਂ ਬਿਜ਼ਨਸ ਨੂੰ ਕਿ ਕੋਈ ਐਂਟਰੀ ਵੀ ਹੋਈ ਹੈ ਠੀਕ ਹੈ ਮਗਰ ਪਾਰਸ਼ਲ ਕੀ ਹੋਏਗਾ ਇੱਕ ਪਾਸੇ ਬੈਲੈਂਸ ਜ਼ਿਆਦਾ ਦਿਖਣ ਲੱਗ ਪਏਗਾ ਠੀਕ ਹੈ ਨਾ ਟ੍ਰਾਇਲ ਬੈਲੈਂਸ ਦੇ ਇੱਕ ਸਾਈਡ ਜਿਹੜਾ ਡੈਬਿਟ ਸਾਈਡ ਹੈ ਜਾਂ ਕ੍ਰੈਡਿਟ ਸਾਈਡ ਇੱਕ ਪਾਸੇ ਜ਼ਿਆਦਾ ਦਿਖਣ ਲੱਗ ਜਾਏਗਾ ਠੀਕ ਹੈ ਤੇ ਉਸ ਚੀਜ਼ ਨੂੰ ਆਪਾਂ ਨੂੰ ਚੇਂਜ ਕਰਨਾ ਮਤਲਬ ਕਿ ਦੇਖਣਾ ਪਏਗਾ ਟੈਲੀ ਕਰਨ ਲਈ ਤਾਂ ਉਹ ਟੈਲੀ ਕਰਨ ਲਈ ਆਪਾਂ ਕੀ ਕਰਾਂਗੇ ਆਪਾਂ ਇਸ ਅਕਾਊਂਟ ਨੂੰ ਸਹੀ ਕਰਾਂਗੇ ਆਪਾਂ ਜੇ ਇੱਕ ਪਾਸੇ ਡੈਬਿਟ ਹੈ ਟਰਾਂਸਫਰ ਸੇ ਡੈਬਿਟ ਹੁੰਦਾ ਹੈ ਤੇ ਕ੍ਰੈਡਿਟ ਹੁੰਦਾ ਹੈ ਕਈ ਵਾਰੀ ਮੈਂ ਤੁਹਾਨੂੰ ਦੱਸਿਆ ਸੀ ਉਰੇ 40000 ਆ ਰਿਹਾ ਹੈ ਜਾਂ ਉਰੇ 38 ਉਰੇ 38000 ਆ ਰਿਹਾ ਹੁਣ 2000 ਦਾ ਨਹੀਂ ਆ ਰਿਹਾ ਤਾਂ ਉਸ ਨੂੰ ਸਹੀ ਕਰਨ ਲਈ ਆਪਾਂ ਸਸਪੈਂਸ ਅਕਾਊਂਟ ਖੋਲਦੇ ਸੀ ਤੁਹਾਨੂੰ ਮੈਂ ਦੱਸ ਦੱਸਿਆ ਸੀ ਇੱਕ ਅਲੱਗ ਟੈਂਪਰੇਰੀ ਹੈ ਠੀਕ ਹੈ ਨਾ ਜੇ ਟੈਂਪਰੇਰੀ ਹੈ ਤਾਂ ਇਸ ਨੂੰ ਸਹੀ ਕਰਨ ਲਈ ਅਸੀਂ ਲੋਜਿਕ ਕੀ ਹੈ ਦੇ ਬਿਹਾਈਂਡ ਦੇ ਰੈਕਟੀਫਿਕੇਸ਼ਨ ਆਫ 에ਰਰ ਮੈਂ ਗਲਤੀ ਨੂੰ ਸਹੀ ਕਰਾਂਗਾ ਠੀਕ ਹੈ ਸਸਪੈਂਸ ਅਕਾਊਂਟ ਦਾ ਪਿਛਲਾ ਲੋਜਿਕ ਕੀ ਹੈ ਕਿ ਮੈਂ ਰੈਕਟਿਫਿਕੇਸ਼ਨ ਆਫ 에ਰਰ ਕਰਾਂਗਾ ਅਲੱਗ-ਅਲੱਗ ਟਾਈਪਸ ਚੂਜ਼ ਕਰਾਂਗਾ 에ਰਰ ਹੋ ਮਿਸ਼ਨ ਹੋ ਸਕਦਾ ਹੈ ਠੀਕ ਹੈ ਨਾ ਪਿੱਛੇ ਆਪਾਂ ਪ੍ਰਿੰਸੀਪਲ ਆਪ ਬੜੇ 에ਰਰ ਆਫ 에ਰਰ ਹੋ ਮਿਸ਼ਨ ਮਤਲਬ ਉਹ ਗਲਤੀ ਕਰ ਗਿਆ ਮਤਲਬ ਕਿ ਮੈਂ ट्रांजੈਕਸ਼ਨ ਪਾਈ ਹੀ ਨਹੀਂ ਠੀਕ ਹੈ ਸਸਪੈਂਸ ਅਕਾਊਂਟ ਦੇ ਪਿੱਛੇ ਲੌਜੀਕ ਇਹ ਹੈ ਕਿ ਮੈਂ ਉਸ ਐਂਟਰੀ ਨੂੰ ਜਾ ਕੇ ਸਹੀ ਕਰਾਂ ਜਾਂ ਉਹਨੂੰ ਸਸਪੈਂਸ ਬਣਿਆ ਨਾ ਰਹਿਣ ਦਵਾਂ ਠੀਕ ਹੈ ਅੱਗੇ ਆਪਾਂ ਦੇਖਦੇ ਹਾਂ ਐਗਜ਼ਾਮਪਲ ਪੜ ਰਹੇ ਆਪਾਂ ਯੋ ਮਿਸ਼ਨ ਟੂ ਰਿਕਾਰਡ ਦੀ ਗੁੱਡਸ ਸੋਲਡ ਟੂ ਵੈਂਡਰ ਮੈਂ ਜਿਹੜੀ ਰਿਕਾਰਡ ਐਂਟਰੀ ਰਿਕਾਰਡ ਕਰਨੀ ਭੁੱਲ ਗਿਆ ਜਿਹ ਜਾ ਓਮਿਸ਼ਨ ਟੂ ਰਿਕਾਰਡ ਦੀ ਐਸ ਐਪਰਚੇਸ ਮੈਂ ਐਸ ਐਪਰਚੇਸ ਕਰਨ ਵਾਲੀ ਐਂਟਰੀ ਹੀ ਭੁੱਲ ਗਿਆ ਮੈਂ ਪਾਈ ਹੀ ਨਹੀਂ ਐਂਟਰੀ ਠੀਕ ਹੈ ਤੇ ਪਾਰਸ਼ੀਅਲ ਕੀ ਹੋਏਗਾ ਕਿ ਇਹਦਾ ट्रांजैक्शन ਇਜ਼ ਰਿਕਾਰਡਡ ਐਟ ਅ ਡੈਬਿਟ ਸਾਈਡ ਐਂਡ ਓਮਿਟਡ ਟੂ ਬੀ ਰਿਕਾਰਡਡ ਮਤਲਬ ਓਮਿਟਡ ਮਤਲਬ ਮੈਂ ਭੁੱਲ ਗਿਆ ਡੈਬਿਟ ਸਾਈਡ ਤੇ ਮੈਂ ਪਾਤੀ ਹਾਂ ਜੋ ਮੈਂ ਤੁਹਾਨੂੰ ਦੱਸ ਰਹੀ ਸੀ ਡੈਬਿਟ ਸਾਈਡ ਤੇ ਮੈਂ ਪਾਤੀ ਮਗਰ ਮੈਂ ਭੁੱਲ ਗਿਆ ਓਮਿਟਡ ਟੂ ਕ੍ਰੈਡਿਟ ਸਾਈਡ ਤੇ ਪਾਣੀ ਭੁੱਲ ਗਿਆ ਕ੍ਰੈਡਿਟ ਸਾਈਡ ਤੇ ਪਾਣੀ ਮੈਂ ਭੁੱਲ ਗਿਆ ਤਾਂ ਪਾਰਸ਼ੀਅਲ ਕਮਿਸ਼ਨ ਅਫੈਕਟ ਓਨਲੀ ਵਨ ਅਕਾਊਂਟ ਉਹ from mr x recorded in purchase book but not entry in mr x account ਠੀਕ ਹੈ ਜਿਵੇਂ ਆ ਦੇਖੋ ਜਦੋਂ ਆਪਾਂ ਇੱਕ ਸਟੇਟਮੈਂਟ ਪੜ੍ਹੀ ਤਾਂ ਪਰਚੇਸਿਸ ਕੀਤੇ ਆਪਾਂ ਨੂੰ ਇੱਕ ਅਕਾਊਂਟ ਇਹ ਆ ਗਿਆ ਇੱਕ ਆਪਾਂ ਨੇ ਐਕਸ ਤੋਂ ਕੀਤੇ ਕੈਸ਼ ਤੇ ਨਹੀਂ ਹੈ ਤਾਂ ਆਪਾਂ ਮਿਸਟਰ ਐਕਸ ਲੈ ਕੇ ਚੱਲਾਂਗੇ ਐਕਸ ਤੇ ਕੀਤੇ ਉਹ ਅਕਾਊਂਟ ਆ ਗਿਆ ਦੋ ਅਕਾਊਂਟ ਹੋ ਗਏ ਠੀਕ ਹੈ ਜਦੋਂ ਆਪਾਂ ਨੇ ਅਕਾਊਂਟ ਖੋਲਿਆ ਆ ਦੇਖੋ ਸੌਰੀ ਇਹ ਆਪਾਂ ਜਦੋਂ ਆਪਾਂ ਨੇ ਅਕਾਊਂਟ ਖੋਲਿਆ ਦੋ ਅਕਾਊਂਟ ਖੋਲਣਗੇ ਪਰਚੇਸਿਸ ਅਕਾਊਂਟ ਪਰਚੇਸਿਸ ਅਕਾਊਂਟ ਖੋਲਦੇ ਆਪਾਂ ਪਰਚੇਸਿਸ ਅਕਾਊਂਟ ਖੋਲਿਆ ਠੀਕ ਹੈ ਪਰਚੇਸਿਸ ਡੈਬਿਟ ਹੋਈਆਂ ਸੀ ਕਿਉਂਕਿ ਪਰਚੇਸਿਸ ਅਕਾਊਂਟ ਡੈਬਿਟ ਟੂ ਮਿਸਟਰ ਐਕਸ ਠੀਕ ਹੈ ਨਾ ਜੋ ਆਪਾਂ ਜਰਨਲ ਐਂਟਰੀ ਪਾਵਾਂਗੇ ਤਾਂ ਉਰੇ ਆਪਾਂ amount ਪਾ ਦਾਂਗੇ ਉਦੇ ਸਾਹਮਣੇ ਦਿੱਤਾ ਰਿਲੇਸ਼ਨ ਉਹ ਪਾ ਦਾਂਗੇ ਟੂ ਮਿਸਟਰ ਐਕਸ ਠੀਕ ਹੈ ਇਹ ਸਪੋਜ਼ ਕਰੋ ਆਪਾਂ ਇਹ ਐਂਟਰੀ ਦਾ ਪਾਤੀ ਠੀਕ ਹੈ ਮਟਰ ਸੋਰੀ ਮਗਰ ਜੇ ਆਪਾਂ ਨੇ ਮਿਸਟਰ ਐਕਸ ਖੋਲੇ ਆ ਮਗਰ ਉਸ ਤੇ ਕ੍ਰੈਡਿਟ ਸਾਈਡ ਤੇ ਨਹੀਂ ਪਾਈ ਆਪਾਂ ਨੇ ਮਤਲਬ ਕਿ ਮਿਸਟਰ ਐਕਸ ਕ੍ਰੈਡਿਟ ਹੋਇਆ ਸੀ ਕ੍ਰੈਡਿਟ ਤੇ ਪਾ ਦੇ ਪਈ ਨਹੀਂ ਐਂਟਰੀ ਜਿੱਦਣ ਉਹਦਾ ਲਿਕਸੈਂਸ ਹੋ ਵੀ ਨਹੀਂ ਪਾਇਆ ਨਾ amount ਪਾਇ ਕੁਝ ਪਾਇ ਹੀ ਨਹੀਂ ਆਪਾਂ ਨੇ ਠੀਕ ਹੈ ਉਹ ਠੀਕ ਹੈ ਇੱਕ ਪਾਸੇ ਆਪਾਂ ਨੇ ਇਫੈਕਟ ਦਿਖਾ ਦਿੱਤਾ ਦੂਜੇ ਪਾਸੇ ਇਫੈਕਟ ਦਿਖਾਇਆ ਨਹੀਂ ਠੀਕ ਹੈ ਇਹ ਲੈਜਰ ਵਿੱਚ ਪ੍ਰੋਬਲਮ ਆ ਜਾਂਦੀ ਹੈ ਟੈਲੀ ਨਹੀਂ ਹੁੰਦਾ ਲੈਜਰ ਅਗਲਾ ਹੈਗਾ 에ਰਰ ਆਫ ਕਮਿਸ਼ਨ ਕਮਿਸ਼ਨ ਕੀ ਹੁੰਦਾ ਅਰਥਮੈਟਿਕ ਐਕਿਊਰਸੀ ਮਤਲਬ ਕਿ ਐਕਿਊਰਸੀ ਨਹੀਂ ਹੋਣੀ ਮਤਲਬ ਕਿ ਮਤਲਬ ਕਿ ਸਹੀ ਚੀਜ਼ ਨਹੀਂ ਦਿਖਾਣੀ ਰੋਂਗ ਟੋਟਲਿੰਗ ਕਰ ਦੇਣੀ ਅੱਗੇ ਤੁਹਾਨੂੰ ਮੈਂ ਦੱਦਾ ਕੁਝ ਐਗਜ਼ਾਮਪਲਾਂ ਜਿਵੇਂ ਕਿ ਰਿਕਾਰਡ ਰੋਂਗ ਅਮਾਉਂਟ ਇਨ ਦ ਸਬਸੀਡਰੀ ਬੁੱਕ ਮੈਂ ਗਲਤ ਅਮਾਉਂਟ ਨੂੰ ਰਿਕਾਰਡ ਕਰਤਾ 500 ਰਿਕਾਰਡ ਕਰਨਾ ਸੀ ਮਨੇ ਮਨੇ 50 ਰੁਪਏ ਕਰਤੇ ਠੀਕ ਹੈ ਜੇ 50 ਰੁਪਏ ਕਰਨੇ ਸੀ ਰੌਂਗ ਟੋਟਲੀ ਉਸ ਸਬਸੀਡਰੀ ਬੁੱਕ ਦਾ ਸਹੀ ਟੋਟਲ ਹੁੰਦਾ ਦੋਨੋਂ ਪਾਸੇ ਮੈਂ ਨੇ ਨੋ ਨੋ ਯਾਰ ਕਰਤਾ ਜਾਂ ਮੈਂ ਮੈਨੇ ਮਤਲਬ ਕਿ ਗਲਤ ਦਿਖਾਤਾ ਜਾਂ ਪੋਸਟਿੰਗ ਇਨਕਰੈਕਟ ਅਮਾਉਂਟ ਇਨ ਲੈਜਰ ਅਕਾਊਂਟ ਮੈਨੇ ਲੈਜਰ ਅਕਾਊਂਟ ਵਿੱਚ ਜਿਹੜੀ ਜਰਨਲ ਐਂਟਰੀ ਤੋਂ ਮੈਂ ਜਿਹੜੀ ਪੋਸਟ ਕਰ ਰਿਹਾ ਹਾਂ ਅਮਾਉਂਟ ਜਿਵੇਂ 5000 ਦਾ ਮੈਨੇ ਕੋਈ ਐਸੈਟ ਰਿਪਲੇਸ ਕੀਤਾ ਮਗਰ ਮੈਨੇ 5000 ਨਾ ਦਿਖਾ ਕੇ ਮੈਨੇ 500 ਰੁਪਏ ਜਾ ਕੇ ਲੈਜਰ ਪੋਸਟ ਕਰਤਾ ਜਾ ਕੇ ਠੀਕ ਹੈ ਨਾ ਜਾਂ ਇਨਕੋਰੈਕਟ ਟੋਟਲਿੰਗ ਆਫ ਲੈਜਰ ਬੈਲੈਂਸ ਮੈਨੇ ਲੈਜਰ ਬੈਲੈਂਸ ਨੂੰ ਇਨ ਗਲਤ ਟੋਟਲਿੰਗ ਕਰ ਦਿੱਤੀ ਜਾਂ ਪੋਸਟਿੰਗ ਐਟ ਦੀ ਰੋਂਗ ਸਾਈਡ ਆਫ ਲੈਜਰ ਅਕਾਊਂਟ ਮੈਨੇ ਰੋਂਗ ਸਾਈਡ ਹੀ ਜਾ ਕੇ ਉਹਨੂੰ ਪੋਸਟ ਕਰ ਦਿੱਤੀ ਅਕਾਊਂਟ ਜੇ ਡੈਬਿਟ ਕਰਨਾ ਸੀ ਲੈਜਰ ਅਕਾਊਂਟ ਦਾ ਜਾਂ ਕੋਈ ਪਾਰਟਿਕੂਲਰ ਅਕਾਊਂਟ ਦਾ ਜਿਹੜੀ amount ਆਈ ਉਹਨੂੰ ਮੈਂ ਡੈਬਿਟ ਸਾਈਡ ਤੇ ਪਾਣਾ ਸੀ ਮੈਨੇ ਉਹਨੂੰ ਕ੍ਰੈਡਿਟ ਸਾਈਡ ਤੇ ਜਾ ਕੇ ਪਾਤਾ ਠੀਕ ਹੈ ਨਾ ਫਰੈਂਡਸ ਉਸਨੂੰ ਕਹਿੰਦੇ ਨੇ ਕੰਪਨਸੇਟਿੰਗ ਐਰਰ ਕਿਹਨੂੰ ਕਹਿੰਦੇ ਨੇ ਕੰਪਨਸੇਟਿੰਗ ਐਰਰ ਮਤਲਬ ਕਿ ਇੱਕ ਦਾ ਫੈਕਟ ਦੂਜ न्यूट्रल मतलब आ देखो राम अकाउंट से राम समझो राम राम मैंने राम ਨੂੰ ਮੈਂ 100 ਰੁਪਏ ਡੈਬਿਟ ਕਰਨਾ ਸੀ ਤੇ ਸ਼ਾਮ ਨੂੰ ਮਨੇ ਸ਼ਾਮ ਨੂੰ ਕਿੰਨਾ ਕਰਨਾ ਸੀ ਮਨੇ ਸ਼ਾਮ ਨੂੰ ਮਨੇ ਕਰਨਾ ਸੀ 10000 ਰੁਪਏ ਡੈਬਿਟ ਠੀਕ ਹੈ 10000 ਰੁਪਏ ਡੈਬਿਟ ਕਰਨਾ ਸੀ ਠੀਕ ਹੈ ਮਤਲਬ ਕਿ ਮਨੇ ਰਾਮ ਤੋਂ ਰਾਮ ਨੂੰ ਮਤਲਬ ਕਿ ਮਨੇ ਸਪੋਸਰ ਕੁਝ ਵੀ ਲਾ ਕੇ ਚੱਲ ਲੋ ਕਿ ਮਨੇ ਸੇਲ ਕੀਤੀ ਸਪੋਸਰ ਕੋ ਦੋਨੋਂ ਚੀਜ਼ਾਂ ਸੇਲ ਹੋਈਆਂ ਠੀਕ ਹੈ सेल ਹੋਈ ਹੈ ਤਾਂ سیل ਦੀ ਕੀ ਐਂਟਰੀ ਹੁੰਦੀ ਹੈ ਜੇ ਕੈਸ਼ ਚ ਨਾ ਕੇ ਬੰਦਰ ਦਾ ਨਾਮ ਆ ਜਾਂਦਾ ਬੰਦਰ ਆ ਮੈਂਦਾ ਰਾਮ ਅਕਾਊਂਟ ਐਬੀ 100 ਰੁਪਏ ਹੋਇਆ ਤੇ ਸ਼ਾਮ ਅਕਾਊਂਟ ਡੈਬਿਟ 1000 ਰੁਪਏ ਹੋਇਆ ਠੀਕ ਹੈ ਮਗਰ ਜਦੋਂ ਮੈਨੇ ਅਕਾਊਂਟ ਦੀ ਐਂਟਰੀ ਪਾਈ ਤਾਂ ਮੈਨੇ ਸ਼ਾਮ ਨੂੰ 100 ਰੁਪਏ ਨਾਲ ਡੈਬਿਟ ਕਰਤਾ ਤੇ ਰਾਮ ਨੂੰ ਮੈਨੇ 1000 ਰੁਪਏ ਨਾਲ ਡੈਬਿਟ ਕਰਤਾ ਠੀਕ ਹੈ ਅਮਾਉਂਟ ਮੇਰੀ ਐਕਸਚੇਂਜ ਹੋ ਗਈ ਠੀਕ ਹੈ ਰਾਮ ਨੂੰ ਮੈਨੇ ਕਿੱਥੇ 100 ਰੁਪਏ ਨਾਲ ਡੈਬਿਟ ਕਰਨਾ ਸੀ ਠੀਕ ਹੈ 100 ਦੀ ਸੇਲ ਹੋਈ ਸੀ ਬਟ ਰਾਮ ਨੂੰ ਦਿਖਾਤਾ ਤੇਰੇ ਨਾਮ ਮੇਰੇ 1000 ਦੀ ਮਤਲਬ ਕਿ ਜਿੱ ਲੈਜਰ account ਚ ਕੋਈ ਫਰਕ ਨਹੀਂ ਦੁਸੇਗਾ ਉਹ ਤਾਂ ਸਿਰਫ ਨੰਬਰਿੰਗ ਦੇਖੇਗਾ ਹਾਂ ਭਈ ਮਿਲ ਰਿਹਾ ਠੀਕ ਹੈ ਮਗਰ ਫਰਕ ਕਿੱਥੇ ਪੈ ਗਿਆ account ਚ ਫਰਕ ਪੈ ਗਿਆ ਠੀਕ ਹੈ ਜਦੋਂ ਮੈਂ ਰਾਮ ਦਾ account ਖੋਲਾਂਗਾ ਉੱਥੇ ਮੈਨੂੰ ਉੱਥੇ ਮੈਨੂੰ 100 ਰੁਪਏ ਦਿਖਾਏਗਾ ਦਿਖਾਣਾ ਕਿੰਨਾ ਚਾਹੀਦਾ ਸੀ 100 ਰੁਪਏ ਦਿਖਾਣਾ ਚਾਹੀਦਾ ਸੀ ਜਦੋਂ ਮੈਂ ਸ਼ਾਮ ਦਾ account ਖੋਲਾਂਗਾ ਉੱਥੇ ਮੈਨੂੰ 1000 ਰੁਪਏ ਦਿਖਾਣਾ ਚਾਹੀਦਾ ਸੀ ਬਟ ਕੀ ਦਿਖਾ ਰਿਹਾ 100 ਰੁਪਏ ਦਿਖਾ ਰਿਹਾ ਠੀਕ ਹੈ ਜੇ ਆਪਾਂ ਬੈਲ ਬਲੈਂਸ ਦੇਖਾਂਗੇ ਉਸ ਵਿੱਚ ਸਾਨੂੰ ਕੋਈ ਫਰਕ ਨਹੀਂ ਨਜ਼ਰ ਆਏਗਾ ਕਿ ਦੋਨੋਂ ਐਂਟਰੀ ਠੀਕ ਹੈ ਨਾ ਦੋਨੋਂ ਐਂਟਰੀ ਇਹਦਾ ਪੈ ਗਿਆ ਉਹਨੇ ਵੀ ਡੈਬਿਟ ਹੋਣਾ ਸੀ ਉਹਨੇ ਵੀ ਡੈਬਿਟ ਹੋਣਾ ਸੀ ਬਟ ਜੀ ਆਪਾਂ ਕਾਊਂਟ ਦੀ ਗੱਲ ਕਰੀ ਉੱਥੇ ਗਲਤੀ ਆ ਗਈ ਠੀਕ ਹੈ ਸਾਡਾ ਡਿਸਪਿਊਟ ਹੋ ਸਕਦਾ ਹਰ ਇੱਕ ਪਰਟੀਕੂਲਰ ਕਾਊਂਟ ਨਾਲ ਠੀਕ ਹੈ ਠੀਕ ਹੈ ਨਾ ਉਸ ਨੂੰ ਹੀ ਸਹੀ ਕਰਨਾ ਪੈਗਾ ਸਾਨੂੰ ਉਹਨੂੰ ਕਹਿੰਦੇ ਨੇ ਕੰਪਨਸੇਟਿੰਗ ਐਰਰ ਠੀਕ ਹੈ देन ਆ ਦੇਖੋ ਇਦਾ ਸਰਕਮਸਟੈਂਸਿਸ ਵੈਨ ਦਾ ਇਫੈਕਟ ਆਫ ਦੀ ਵਨ ट्राਨਸੈਕਸ਼ਨ ਇਸ ਨਿਊਟਰਲਾਈਜ਼ਡ ਬਾਇ ਦੀ ਅਨਦਰ ਐਰਰ ਨਿਊਟਰਲਾਈਜ਼ ਹੋ ਜਾਣਾ ਵੈਨ ਦਾ ਇਫੈਕਟ ਆਫ ਐਰਰ ਇਟ ਕਮਿਟਿਡ ਕੈਨਸਲ ਐਂਡ ਆਊਟ ਸੱਚ ਐਰਰ ਆ ਕੰਪਨਸ ਅਗੇ ਆ ਗਿਆ ਰੈਕਟੀਫਿਕੇਸ਼ਨ ਆਫ 에ਰਰ ਕੁਝ ਅਗੇ ਕੁਝ ਹੋਰ ਵੀ ਪੁਆਇੰਟ ਜੋ ਤੁਹਾਨੂੰ ਪਿੱਛੇ ਮੈਂ ਇਹ ਕਰਾਇਆ ਨਾ ਕੰਪਨਸੇਟਿੰਗ 에ਰਰ 에ਰਰ ਕਮਿਸ਼ਨ 에ਰਰ 에ਰਰ ਆਫ ਕਲੈਰਕਲ 에ਰਰ ਜਿਹੜੇ ਚ ਮਤਲਬ 에ਰਰ ਆਫ ਮਿਸ਼ਨ ਕਰਾਇਆ ਕੁਝ ਹੋਰ ਵੀ ਹੋ ਸਕਦੇ ਆ ਜਿਵੇਂ ਮੈਂ ਕੁਝ ਹੋਰ ਪੁਆਇੰਟ ਵੀ ਲਿੱਤੇ ਨੇ ਜਿਵੇਂ 에ਰਰ ਆਫ ਡੈਟ ਫੈਕਟਰੀ ਟ੍ਰਾਇਲ ਬੈਲੈਂਸ ਜੇ ਟ੍ਰਾਇਲ ਬੈਲੈਂਸ ਅਗਰੀ ਨਾ ਕਰੇ ਕੁਝ ਇੰਟ੍ਰਾਇਲ ਬੈਲੈਂਸ ਅਗਰੀ ਨਹੀਂ ਕਰਦਾ ਉਹੀ ਮੈਂ ਸਪੋਜ਼ ਕਰੋ 2000 ਦਾ ਫਰਕ ਪੈ ਸਕਦਾ ਹੈ ਜਾਂ 1000 ਰੁਪਏ ਦਾ ਫਰਕ ਪੈ ਸਕਦਾ ਠੀਕ ਹੈ ਟੋਟਲੀ ਸਹੀ ਨੇ ਰੋਂਗ ਕਾਸਟਿੰਗ ਜਾਂ ਰੋਂਗ ਬੈਲੈਂਸਿੰਗ ਚੱਕ ਲਿਆ ਮੈਂ ਰੋਂਗ ਬੈਲੈਂਸ ਆਫ ਅਕਾਊਂਟ ਚੱਕ ਲਿਆ ਜਾਂ ਪੋਸਟਿੰਗ ਉਹਨਾਂ ਅਮਾਉਂਟ ਦੇ ਰੋਂਗ ਸਾਈਡ ਤੇ ਕਰਤੀ ਰੋਂਗ ਪੋਸਟਿੰਗ ਕਰਤੀ ਰਾਈਟਿੰਗ ਦੀ ਰੋਂਗ ਅਮਾਉਂਟ ਮੈਨੇ 500 ਰੁਪਏ ਲਿਖੇ 50 ਰੁਪਏ ਲਿਖਤਾ ਇਸ ਤਰ੍ਹਾਂ ਦੇ ਕੋਈ ਐਰਰ ਹੋ ਸਕਦਾ ਠੀਕ ਹੈ ਮੀਟਿੰਗ ਟੂ ਪੋਸਟ ਦੀ ਟੋਟਲ ਆਫ ਸਬਸਿਡਰੀ ਬੁੱਕਸ ਮੈਂ ਭੁੱਲ ਗਿਆ ਟੋਟਲ ਕਰਨਾ ਮਤਲਬ ਪੋਸਟ ਮੀਟਿੰਗ ਟੂ ਟੋਟਲ ਆਫ ਸਬਸਿਡਰੀ ਬੁੱਕਸ ਮਤਲਬ ਮੈਂ ਐਂਟਰੀ ਨਹੀਂ ਪਾਈ ਮੈਨੇ ਪੋਸਟ ਕਰਨਾ ਭੁੱਲ ਗਿਆ ਮੈਂ ਐਂਟਰੀ ਵਿੱਚ ਕੁਝ ਇਸ ਤਰ੍ਹਾਂ ਦੇ ਵੀ 에ਰਰ ਹੋ ਸਕਦੇ ਨੇ ਜੇ ਆਪਾਂ ਉਸ ਨੂੰ ਡਿਫਾਈਨ ਨਾ ਕਰੀਏ ਉਸ ਟਾਈਪਸ ਵਿੱਚ ਤਾਂ ਇਸ ਤਰ੍ਹਾਂ ਦੇ ਵੀ 에ਰਰ ਹੋ ਸਕਦੇ ਨੇ ਠੀਕ ਹੈ ਫਰੈਂਡਸ ਤਾਂ ਅੱਗੇ ਹੋ ਸਕਦਾ ਐਰਰ ਡਸ ਨੋਟ ਫੈਕਟ ਟੈਬ ਨਾਲ ਕੁਝ 에ਰਰਸ ਹੁੰਦੇ ਜੋ ਨਹੀਂ ਫੈਕਟ ਕਰਦੇ ਨਹੀਂ ਫੈਕਟ ਕਰਦੇ ਨਾ ਪੋਸਟਿੰਗ ਉਧਰ ਰੋਂਗ ਰੋਂਗ ਅਕਾਊਂਟ ਬਲੇ ਰਾਮ ਨੂੰ ਡੈਬਿਟ ਕਰਨਾ ਸੀ ਮੈਨੇ ਸ਼ਾਮ ਨੂੰ ਚੱਕ ਕੇ ਡੈਬਿਟ ਕਰਤਾ ਠੀਕ ਹੈ ਮੈਨੇ ਪੋਸਟਿੰਗ ਮਤਲਬ ਮੈਨੇ ਰਾਮ ਦੇ ਅਕਾਊਂਟ 500 ਰੁਪਏ ਪਾਣਾ ਸੀ ਸਪੋਜ਼ ਕਰੋ ਕਿ ਮੈਨੇ ਰਾਮ ਦੇ ਖਾਤੇ 'ਚ 500 ਰੁਪਏ ਪਾਣਾ ਸੀ ਮਤਲਬ ਮੈਨੇ ਚੱਕ ਕੇ ਸ਼ਾਮ ਦੇ ਖਾਤੇ 'ਚ ਪਾਤਾ ਠੀਕ ਹੈ ਏ ਟ੍ਰਾਇ ਬੈਲੈਂਸ ਉਦੇ ਉੱਪਰ ਟ੍ਰਾਇ ਬੈਲੈਂਸ ਉੱਪਰ ਇਫੈਕਟ ਨਹੀਂ ਪੈਂਦਾ ਠੀਕ ਹੈ ਕੰਪਨਸੇਟਿੰਗ ਕਰਿਆ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਰਾਮ ਦਾ ਸੇਲ ਬਣਦੀ ਸੀ 100 ਰੁਪਏ ਬਟ ਮਨੇ ਕਰਤੀ 1000 ਰੁਪਏ ਸ਼ਾਮ ਦੀ ਬਣਦੀ ਸੀ 100 ਰੁਪਏ ਮਗਰ ਮਨੇ ਕਰਤੀ 1000 ਰੁਪਏ ਬਣਦੀ ਸੀ ਮਨੇ ਕਰਤੀ 100 ਰੁਪਏ ਠੀਕ ਹੈ ਅਮਾਉਂਟ ਤਾਂ ਮਰੀ ਕੇ ਦੋਨੋਂ ਪਾਸੇ ਡੈਬਿਟ ਹੋ ਰਹੀ ਹੈ ਠੀਕ ਹੈ ਬਟ ਇਸ ਦਾ ਟ੍ਰਾਇ ਬੈਲੈਂਸ ਉੱਪਰ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਫਰੈਂਡਸ ਕੋਈ ਫਰਕ ਨਹੀਂ ਪੈਂਦਾ ਉਹ ਮੀਟਿੰਗ ਐਂਡ ਐਂਟਰੀ 올 ਟੁਗੇਦਰ ਫੋਰ ਦੀ ਸਬਸਿਡੀਰੀ ਬੁੱਕ ਮੈਂ ਐਂਟਰੀ ਪਾਣੀ ਭੁੱਲ ਗਿਆ ਸਬਸਿਡੀਰੀ ਬੁੱਕ ਤੋਂ ਹੀ ਠੀਕ ਹੈ ਸ਼ੁਰੂਆਤ ਤੋਂ ਹੀ ਪਾਣੀ ਭੁੱਲ ਗਿਆ ਤਾਂ ਇਸ ਦਾ ਕੋਈ ਟ੍ਰੈਵਲੈਂਸ ਕੋਈ ਫਰਕ ਨਹੀਂ ਪੈਣ ਵਾਲਾ ਮੇਰੇ ਠੀਕ ਹੈ ਤਿੰਨ ਐਸਏ ਆ ਜਿਸ ਦੇ ਨਾਲ ਮੇਰਾ ਟ੍ਰੈਵਲੈਂਸ ਵਿੱਚ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਜਿਵੇਂ ਆਪਾਂ ਹੁਣ ਮੈਂ ਇੱਥੋਂ ਇੱਕ ਤੋਂ ਇੱਕ ਐਗਜ਼ਾਮਪਲ ਲੈਂਦੀ ਆ ਮਤਲਬ ਇੱਕ ਤੁਹਾਨੂੰ ਇੰਟਰੋ ਪਤਾ ਲੱਗ ਜਾਏ ਤੁਹਾਨੂੰ ਜੋ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਥੋੜਾ ਜਿਹਾ ਉਸੇ ਲਿੰਕ ਕਰ ਲਉ ਜਿਵੇਂ ਪਰਚੇਸ ਕਰੋ ਪਰਚੇਸ ਬੁੱਕ ਵਾਸ ਅੰਡਰ ਕਾਸਟ ਠੀਕ ਹੈ 5000 ਰੁਪਏ ਘੱਟ ਘੱਟ ਬਣ ਰਹੀ ਹੈ ਮੇਰੀ ਪਰਚੇਸ ਅੰਡਰ ਕਾਸਟ ਹੈ ਤੇ ਸੇਲ ਬੁੱਕ ਜਿਹੜੀ ਹੈ ਓਵਰ ਕਾਸਟ ਹੈ ਆਪਾਂ ਇਹ ਦੇਖਾਂਗੇ ਕਿਵੇਂ ਕਰਨਾ ਹੋਏਗਾ ਠੀਕ ਹੈ ਯੂ ਡੈਬਿਟਿੰਗ ਪਰਚੇਸ ਕਾਉਂਟ विल ਕੰਪਲੀਟਲੀ ਟੋਟਲ ਆਫ ਦੀ ਕ੍ਰੈਡਿਟ ਟੂ தி ਸਸਪੈਂਸ ਅਕਾਊਂਟ ਠੀਕ ਹੈ ਮੇਰੇ 5000 ਰੁਪਏ 5000 ਰੁਪਏ ਘੱਟ ਰਹੇ ਪਰਚੇਸ ਬੁੱਕ ਵਿੱਚ ਠੀਕ ਹੈ ਤਾਂ ਮੈਂ 5000 ਰੁਪਏ ਡੈਬਿਟ ਕਰਕੇ ਉਹਨੂੰ ਸਹੀ ਕਰ ਦਾਂਗਾ ਅਮਾਉਂਟ ਨੂੰ ਮੈਂ ਬੈਲੈਂਸ ਕਰ ਦਾਂਗਾ ਠੀਕ ਹੈ ਨਾ ਮੈਂ ਪਰਚੇਸ ਕਾਉਂਟ ਇੱਕ ਐਂਟਰੀ ਪਾ ਕੇ ਉਹਨੂੰ ਡੈਬਿਟ ਕਰ ਅਰਿਵੇਂ ਉਹ ਕਿ ਆਨੇ ਡੈਪਟਿੰਗ ਪਰਚੇਸ ਕਾਉਂਟ ਵੀ ਕੰਪਲੀਟਲੀ ਟੋਟਲ ਐਂਡ ਕ੍ਰੈਡਿਟ ði ਸਸਪੈਂਸ ਅਕਾਊਂਟ ਇਨ ਐਬਸੈਂਸ ਆਫ ਐਨੀ ਅਦਰ ਇਨਕਰੈਕਟ ਅਕਾਊਂਟ ਠੀਕ ਹੈ ਸਪੋਜ਼ ਕਰੋ 5000 ਰੁਪਏ ਮੇਰਾ ਘੱਟ ਰਿਆ ਸੀ ਮਗਰ ਮੈਨੂੰ ਇਹ ਨਹੀਂ ਪਤਾ ਮੇਰੇ ਕਿਸ ਨਾਲ ਘੱਟ ਰਿਆ ਸੀ ਕਿਸ ਕਿਸ ਪਾਰਟੀ ਤੋਂ ਘੱਟ ਰਿਆ ਸੀ ਤਾਂ ਮੈਂ ਉਸ ਪਰਚੇਸ ਅਕਾਊਂਟ ਨੂੰ ਕੀ ਕਰਾਂ ਪਰਚੇਸ ਕਾਉਂਟ ਵਿੱਚ ਜਾ ਕੇ ਮੈਂ ਡੈਬਿਟ ਕਰਾਂਗਾ ਤੇ ਮਤਲਬ ਕਿ 1000 ਰੁਪਏ ਡੈਬਿਟ ਕਰਾਂਗਾ ਮਗਰ ਕ੍ਰੈਡਿਟਿੰਗ ਵਿੱਚ ਮੈਂ ਸਸਪੈਂਸ ਅਕਾਊਂਟ ਦਿਖਾ ਦਾਂਗਾ ਠੀਕ ਹੈ ਸਸਪੈਂਸ ਕਿਉਂਕਿ ਉਹਨਾਂ ਪ ਜਿਵੇਂ ਸਪੋਜ਼ ਕਰੋ ਇਹ ਟ੍ਰਾਇ ਬੈਲੈਂਸ ਦੀ ਗੱਲ ਚੱਲ ਰਹੀ ਹੈ ਨਾ ਆਪਣਾ ਤਾਂ ਸੇਲ ਬੁੱਕ ਓਵਰ ਕਾਸਟ ਹੋ ਗਈ 500 ਰੁਪਏ ਵੱਧ ਗਈ ਤਾਂ ਉਹਨੂੰ ਮੈਂ ਕੀ ਕਰਾਂਗਾ ਫਿਰ ਕੀ ਹੁੰਦੀ ਹੁੰਦੀ ਹੈ ਹਮੇਸ਼ਾ ਤੁਸੀਂ ਲਾਓ ਸਾਹਿਬ ਸੇਲ ਕੀ ਹੁੰਦੀ ਹੁੰਦੀ ਹੈ ਦੱਸੋ ਸੇਲ ਵਿੱਚ ਕਿਹ ਕ੍ਰੈਡਿਟ ਹੁੰਦੀ ਹੈ ਜੇ ਜਦੋਂ ਸੇਲ ਹੁੰਦੀ ਹੁੰਦੀ ਹੈ ਕ੍ਰੈਡਿਟ ਹੁੰਦੀ ਹੁੰਦੀ ਹੈ ਉਹ ਮੇਰੀ ਓਵਰ ਕਾਸਟ ਹੋ ਗਈ ਵੱਧ ਗਈ 500 ਰੁਪਏ ਮੈਨੂੰ ਉਹਨੂੰ ਘਟਾਉਣਾ ਪਏਗਾ ਤਾਂ ਮੈਨੂੰ ਡੈਬਿਟ ਕਰਾਂਗਾ ਸੇਲ ਨੂੰ ਡੈਬਿਟ ਕਰਾਂਗਾ ਨਾ ਸੇਲ ਨੂੰ ਡੈਬਿਟ ਕਰ ਦਾਂਗਾ ਜਿਸ ਸੇਲ ਨੂੰ ਡੈਬਿਟ ਕਰਾਂਗਾ ਉਹ ਨਹੀਂ ਕਿਹਾ ਡੈਬਿਟ ਇਨ ਦੀ ਸੇਲ ਮਤਲਬ ਬੈਲੈਂਸ ਡਿਕਰੀਜ਼ ਹੋ ਜਾਏਗਾ 500 ਰੁਪਏ ਘੱਟ ਜਾਏਗਾ ਬੈਲੈਂਸ ਪੂਰਾ ਨਿਲ ਤੇ ਆ ਜਾਏਗਾ ਮਤਲਬ ਮਤਲਬ 1 1 ਸਟੂ ਹੋ ਜਾਏਗਾ ਤਾਂ ਵੇਅਰ ਦਾ ਸਸਪੈਂਸ ਅਕਾਊਂਟ ਵਿਲ ਕ੍ਰੈਡਿਟਿਡ ਮਤਲਬ ਕਿ ਜੇ ਮੈਂ ਸੇਲ ਅਕਾਊਂਟ ਡੈਬਿਟ ਕਰਾਂਗਾ ਟੂ ਕਿਨੂੰ ਕਰਾਂਗਾ ਸਸਪੈਂਸ ਅਕਾਊਂਟ ਕ੍ਰੈਡਿਟ ਕਰਾਂਗਾ ਜੇ ਉਹਨੂੰ ਪਾਰਟੀ ਦਾ ਨੇਮ ਨਹੀਂ ਪਤਾ ਠੀਕ ਹੈ ਬਿਕੋਜ਼ देयर इज नो ਇਨਕਰੈਕਟ ਅਕਾਊਂਟ ਇਜ਼ ਕ੍ਰੈਡਿਟਿਡ ਠੀਕ ਹੈ ਇਸ ਉਰੇ ਮੈਂ ਇਸ ਤਰ੍ਹਾਂ ਕਰਾਂਗਾ ਜਦੋਂ ਮੈਂ ਇਹ ਪ੍ਰੀਪੇਅਰ ਕਰ ਰਿਹਾ ਹੋਵਾਂਗਾ ਨਾ ਜੇ ਇਸ ਤਰ੍ਹਾਂ ਦੀ ਕੋਈ ਐਂਟਰੀ ਆਵੇ ਤਾਂ ਮੈਂ ਇਸ ਨੂੰ ਇਸ ਤਰ ਜੇ ਮੇਰਾ ਅੰਡਰ ਕਸਟ ਬਣ ਰਿਹਾ ਤਾਂ ਉਹਨੂੰ ਮੈਂ ਹੋਰ ਪਲੱਸ ਕਰਾਂਗਾ ਤਾਂ ਮਤਲਬ ਡੈਬਿਟ ਕਰਾਂਗਾ ਸੇਲ ਮੇਰੀ ਕ੍ਰੈਡਿਟ ਹੁੰਦੀ ਹੈ ਹਮੇਸ਼ਾ ਠੀਕ ਹੈ ਨਾ ਕ੍ਰੈਡਿਟ ਹੁੰਦੀ ਹੈ ਤਾਂ ਮੈਂ ਸੇਲ ਨੂੰ ਸੇਲ ਕ੍ਰੈਡਿਟ ਹੁੰਦੀ ਹੈ ਜੇ ਮੇਰੀ ਓਵਰ ਹੋਏ ਤਾਂ ਇਹਨੂੰ ਮੈਂ ਜੇ ਕ੍ਰੈਡਿਟ ਹੁੰਦੀ ਹੈ ਮਤਲਬ ਕਿ ਇਹਨੂੰ ਮੈਂ ਡੈਬਿਟ ਚ ਲੈ ਆਵਾਂਗਾ ਠੀਕ ਹੈ ਠੀਕ ਹੈ ਫਰੈਂਡਸ ਸੋ ਆਪਾਂ ਅੱਜ ਆਪਾਂ ਨੇ ਪੂਰਾ ਸਮਝਿਆ ਅੱਜ ਆਪਾਂ ਨੇ ਇੰਟਰੋਡਕਸ਼ਨ ਦੇਖੀ ਹੈ ਸਾਰੀ ਕਿ ਆਪਾਂ ਨੇ ਕਿਸ ਤਰ੍ਹਾਂ ਲੈ ਕੇ ਚੱਲਣਾ ਹੈ ਠੀਕ ਹੈ ਫਰੈਂਡਸ ਤੈਨੂੰ ਮੈਂ ਅੱਜ ਇੰਟਰੋ ਤਾਨ ਲਿਤੀ ਤੁਸੀਂ ਇੱਕ ਵਾਰੀ ਮਤਲਬ ਕਿ orignal ਮਤਲਬ ਤੁਹਾਡਾ ਲਿੰਕ ਬਣ ਜੇ ਓਕੇ ਜੇਰੋਂ ਮੈਂ ਅਗਲਾ ਅਸਪੈਕਟ ਕਰਾਵਾਂਗਾ ਨਾ ਫਿਰ ਤੁਹਾਨੂੰ ਅੱਛਾ ਸਮਝ ਆਏਗਾ ਕਿ ਹਾਂ ਉੱਥੇ ਐਂਟਰੀ ਨਹੀਂ ਪਾਈ ਸੀ ਤਾਂ 에ਰਰ ਆਫ ਪਰਮਿਸ਼ਨ ਹੋਇਆ ਸੀ ਕੰਪਲਸੇਟਿੰਗ 에ਰਰ ਦਾ ਇਹ ਹੋਇਆ ਸੀ ਕਿ ਮੈਂ RAM ਨੂੰ 1000 ਰੁਪਏ ਕਰਨਾ ਸੀ ਮਗਰ ਮੈਂ 100 ਰੁਪਏ ਘਟਾ ਸੀ ਸ਼ਾਮ ਨੂੰ 100 ਰੁਪਏ ਕਰਨੇ ਸੀ ਮਗਰ ਮੈਂ 1000 ਰੁਪਏ ਘਟਾ ਸੀ ਨੰਬਰਿੰਗ 'ਚ ਕੋਈ ਫਰਕ ਨਹੀਂ ਪਿਆ ਮਗਰ ਕਾਊਂਟ 'ਚ ਫਰਕ ਪੈ ਗਿਆ ਠੀਕ ਹੈ ਨਾ ਇਹ ਚੀਜ਼ਾਂ ਸਾਨੂੰ ਪਤਾ ਲੱਗ ਜਾਣਗੀਆਂ ਸਾਨੂੰ ਮਤਲਬ ਸਾਡਾ ਬੈਕਗ੍ਰਾਉਂਡ ਜੇ ਅਸੀਂ ਅੱਗੇ ਜਦੋਂ ਪ੍ਰੈਕਟੀਕਲ ਅਪਰੋਚ ਲਾਵਾਂਗੇ ਤੁਹਾਨੂੰ ਜਿਹੜਾ ਬੈਕਗ੍ਰਾਉਂਡ ਕਲੀਅਰ ਹੋਏਗਾ ਕਿ ਆਹ ਮੀਦੇ ਪਿੱਛੇ ਇੱਕ ਕਨਸੈਪਟ ਹੈ ਇਹਦੇ ਪਿੱਛੇ ਇੱਕ ਕਨਸੈਪਟ ਹੈ ਠੀਕ ਹੈ ਨਾ ਫਰੈਂਡਸ ਤਾਂ ਜਿਹੜੇ ਬੱਚੇ ਨੇ ਜਨਰਲ ਐਂਟਰੀ ਨੇ ਜਨਰਲ ਚੈਪਟਰ ਨਹੀਂ ਦੇਖਿਆ ਉਹ ਜ਼ਰੂਰ ਦੇਖਣ ਜਾ ਕੇ ਠੀਕ ਹੈ ਫਰੈਂਡਸ ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ ਕਿਰਪਾ ਕਰਕੇ ਸਨ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਠੀਕ ਹੈ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਰਿਪਲਾਈ Thank you.